असलम संघिया दोस्तों महारा जी मोहम्मद आलिफ चौहान और मैं अमाना डॉट कॉम से बिलोंग करना बहुत सारे संघी दोस्त जो फरमायश कर रहे थे कि तुम पठवारी भी, भी कोई वीडियो बनाओ तो किसी सोसायटी ने बारे असाई दसो अज जनाब मैं तुम मारे हो एक जबरदस्त सोसायटी पाकिस्तान बिल्डर आ लनी जिना ना जी अलबक्ा सिटी उसने बारे इन्फॉर्मेसन की आया जनाब अलबक्का सिटी इस तरह की सोसायटी जदीदार बनाई जा रही जड़ा के हिता है पठवार ने लोगों मारे स्पैशल जनाब इकोनमिकल ਕੰਡੀਸ਼ਨ ਕੀ ਮਤੇ ਨਜ਼ਰ ਰੱਖੀ ਤਾ ਡਿਜ਼ਾਈਨ ਕੀਤੀ ਗਈ ਜਿਹੜੀ ਸੋਸਾਇਟੀ ਅਲ ਮੱਕਾ ਸਿਟੀ ਬਣਾਉਣੇ ਤੇ ਪਾਕ ਬਿਲਡਰਜ਼ ਵਾਲੇ ਜਨਾਬ ਉਹ ਐਸੀ ਲਗਜ਼ਰੀ ਕਲਾਸ ਕਿਸਮ ਦੀ ਸੋਸਾਇਟੀ ਬਣਾਉਣੇ ਤੇ ਜਿਸ ਨੇ ਗਲੀਆਂ ਜੜੀਆਂ ਆ ਨਾ ਕੱਟ ਤੋਂ ਕੱਟ ਜਿਹੜੀ ਗਲੀ ਵੀ ਹੈ ਨਾ ਉਹ 60 ਫੁੱਟ ਖੁੱਲੀ ਹੋ ਸੀ ਤੇ ਜਿਹੜੀ ਮੇਨ ਰੋਡ ਜੀ ਜਨਾਬ ਉਹ ਕੱਟ ਤੋਂ ਕੱਟ ਵੀ ਨਾ 100 ਫੁੱਟ ਹੋ ਸੀ ਜਨਾਬ ਇਸ ਨੇ ਅੰਦਰ ਅੰਦਰ ਔਰ ਅਗਰ ਮੈਂ ਇਹ ਬਾਰੇ ਤੁਹਾਨੂੰ ਦੱਸਾਂ ਤਾਂ ਇਸ ਨੇ ਅੰਡਰਗਰਾਉਂਡ ਜਿਹੜਾ ਸੇਵਰੇਜ ਦਾ ਨਿਜ਼ਾਮ ਤੁਸਾਂ ਨੇ ਬਿਜਲੀ ਦਾ ਨਿਜ਼ਾਮ ਅੰਡਰਗਰਾਉਂਡ ਔਰ ਬਿਲਾ ਲੋਡ ਸ਼ੈਟਿੰਗ ਤੋਂ ਬਗੈਰ ਕਿਸਾ ਕਿਸਮ ਨੇ ਲੋਡ ਸ਼ਟਿੰਗ ਬਿਜਲੀ ਗੈਸ ਔਰ ਪਾਣੀ ਨਹੀਂ ਨਹੀਂ ਹੋਣ ਲਗੀ ਇਸ ਤੋਂ ਬਾਅਦ ਅਗਰ ਅਸੀਂ ਸਿਕਿਉਰਟੀ ਦੀ ਗੱਲ ਕਰਾਂ ਜੀ ਤਾਂ ਜਦੀਦ ਤਰੀਨ ਜਨਾਬ ਸਿਕਿਉਰਟੀ ਔਰ ਸਰਵਲੈਂਸ ਦਾ ਨਿਜ਼ਾਮ ਇਨਾ ਡਿਜ਼ਾਈਨ ਕੀਤਾ ਹੋਇਆ ਔਰ ਕੰਪਨੀ ਨਾਲ ਜਿਹੜਾ ਐਮਓਯੂ ਨਾ ਸਾਈਨ ਕਰੀ ਕਿੰਦਾ ਹੋਵੇਦਾ ਜਨਾਬ ਮੱਕਾ ਸਿਟੀ ਜਿਹੜੀ ਹੈ ਉਹ ਇਸਲਾਮਾਬਾਦ ਇੰਟਰਨੈਸ਼ਨਲ 에ਰਪੋਰਟ ਨੇ ਬਿਲਕੁਲ ਕੋਲ ਹੀ ਔਰ ਉਸ ਦੀ ਐਕਸੈਸ ਐਮ2 ਤੋਂ ਦਿੱਤੀ ਗਈ ਸਿਰਫ ਔਰ ਸਿਰਫ ਇਸ ਵਜ੍ਹਾ ਨੂੰ ਇਸ ਚੀਜ਼ ਕੀ ਮਦਦ ਨਜ਼ਰ ਰੱਖਿਆ ਗਿਆ ਕਿ ਅੱਜ ਕੱਲ੍ਹ ਨੇ ਜਿੰਨੇ ਟ੍ਰੈਫਿਕ ਨੇ ਮਸਾਇਲ ਓ ਲੋਕਾਂ ਕੀ ਨਾ ਅਛਣ ਠੀਕ ਹੈ ਅਲਮਕਾ ਸਿਟੀ ਜਨਾਬ ਇੱਕ ਬਹੁ ਪੇਸ ਨਾਲ ਜਾਰੀ ਵੀ ਇਸਨੇ ਪੰਜ ਜਨਾਬ ਇਨਾ ਸੈਕਟਰ ਬਣਾਏ ਸੈਕਟਰ A ਸੈਕਟਰ B ਸੈਕਟਰ C ਸੈਕਟਰ D ਔਰ ਸੈਕਟਰ E ਸੈਕਟਰ A ਔਰ ਸੈਕਟਰ B ਜਿਹੜਾ ਸਾਰਾ ਵਿਕੀ ਚੁਕਿਆ ਠੀਕ ਹੈ ਔਰ ਅਗੇ ਸੈਕਟਰ C D ਔਰ E ਨਹੀਂ ਬੁਕਿੰਗ ਜਾਰੀ ਹੈ ਜਨਾਬ ਔਰ ਇਸੂ ਬਿਹਤਰੀਨ ਜਿਹੜੀ ਗੱਲ ਹੀ ਕਿ ਸੈਕਟਰ A ਔਰ B ਨਹੀਂ ਜਿਹੜੀ ਹੈ ਨਾ ਇਨਾ ਇਸ ਇਸ ਸਾਲ ਨਹੀਂ ਐਂਡ ਪਰ ਐਂਡਵਰ ਕਰਨਾ ਡਿਲੀਵਰ ਕਰਨਾ ਉਸ ਤੋਂ ਬਾਅਦ ਅਗਰ ਇਹਨੇ NOC ਨੇ ਬਾਰੇ ਜਿਸਾਂ ਤੁਸੀਂ ਦੱਸਾਂ ਤਨੋ ਸੀ ਜਨਾਬ ਇਹਨਾਂ ਦਾ ਪੀਪੀ 1 ਅਪਰੂਵ ਹੋ ਚੁੱਕਿਆ ਹੋਆ ਤੇ ਬਾਕੀ ਕੰਪਲੀਟ ਐਨਓਸੀ ਮਰੋ ਇਹਨਾਂ ਆਰਡੀਏ ਵਿੱਚ ਸਬਮਿਟ ਕਰਵਾਏ ਹੋਏ ਡਾਕੂਮੈਂਟਸ ਆਪੂ ਤੱਕੇ ਔਰ ਉਹ ਆਰਡੀਏ ਇਨਸ਼ਾਅੱਲਾ ਜਲਦੀ ਇਹਨਾਂ ਦਾ ਐਨਓਸੀ ਅਪਰੂਵ ਕਰੀ ਛੋੜ ਸੀ ਤੇ ਇਸੋ ਇੱਕ ਹੋਰ ਜਿਹੜੀ ਬੜੀ ਮਜ਼ੇਦ ਨਹੀਂ ਗੱਲ ਈ ਇਹ ਜਨਾਬ ਰਜਿਸਟਰੀ ਪ੍ਰੋਵਾਈਡ ਕਰਨੇ ਪੇ ਇਹਨਾਂ ਕੋਲ ਮਲਕੀਤੀ ਜ਼ਮੀਨ ਈ ਔਰ ਇਹ ਤੁਸਾਂ ਕੀ ਜਿਲਾ ਜ਼ਮੀਨ ਜਿਲਾ ਟਰਾਂਸਫਰ ਕਰਸਨ ਤੁਸਾਂ ਕੀ ਪਲਾਟ ਦੇਸਨ ਉਸ ਨੇ ਉੱਪਰ ਰਜਿਸਟਰੀ ਪ੍ਰੋਵਾਈਡ ਕਰਸਨ इन्हें इसने फीचर की गल करा तो हर सैक्टर ने अंदर एक लाजा इन्हें जनाब ग्रीन एरिया छोड़या हुआ उस तू बादल उस बाद जनाब इन्हें वाटर ने जो टंकिया हर सैक्टर लाजा बनाई हाँ इस बाद बच्चों ने खेलने मारे पार्क छोटे छोटे थीम पार्क इन्हें बनाए उस तू बड़ी मजे ने बबरी मस्जिद ने तर्ज नहीं जी मस्जिद ही ना इतना बनाने पे क्योंकि मस्जिद जी असा मुसलमान हैं जी और असान नहीं जनाब जिस सोसाइटी अस शिफ्ट होना होना मस्जिद लाजमी होनी चाहिए ਠੀਕ ਹੈ ਤਾਂ ਇਹਨਾਂ ਇਸ ਚੀਜ਼ ਦੀ ਮਦਦ ਰਜ਼ ਰੱਖੀ ਹੋਈ ਪਹਿਲੇ ਮਸਜਿਦ ਬਣਾਉਣੇ ਤੇ ਮਸਜਿਦ ਦਾ ਡਿਜ਼ਾਈਨ ਜਿਹੜਾ ਇਹ ਬਾਬਰੀ ਮਸਜਿਦ ਦਾ ਜਿਹੜਾ ਡਿਜ਼ਾਈਨ ਆ ਬਿਲਕੁਲ ਉਹ ਕਾਪੀ ਕਰੀ ਤੇ ਬਣਾਉਣੇ ਪਏ ਇਸ ਨਾਲ ਨਾਲ ਜਨਾਬ ਇਸਨੇ ਅਗਰ ਅਸਾਂ ਮਾਸਟਰ ਪਲਾਨ ਹੀ ਬਾਰੇ ਚ ਹੋਰ ਤੁਹਾਨੂੰ ਦੱਸਾਂ ਤਾਂ ਇਹ ਜਨਾਬ ਇਹਨੇ ਅੰਦਰ ਕਮਰਸ਼ੀਅਲ ਪਲਾਟ ਵੀ ਹੈ ਰੈ residențial ਪਲਾਟ ਵੀ ਹੈ ਉਸ ਤੋਂ ਬਾਅਦ ਫਾਰਮ ਹਾਊਸ ਵੀ ਹੈ ਕਮਰਸ਼ੀਅਲ ਪਲਾਟ ਜਨਾਬ ਤੁਸਾਂ ਕੋਲ 5 ਕਨਾ 5 ਮਰਲੇ 10 ਮਰਲੇ ਹੋਰ ਇੱਕ ਨਾਲ ਨਾਲ ਕਮਰਸ਼ੀਅਲ ਪਲਾਟ ਤੁਹਾਨੂੰ ਮਿਲ ਸਕਣਾ ਉਸ ਤੋਂ ਬਾਅਦ ਜਿਹੜੇ ਇਹ ਰਾਸ਼ੀ ਪਲਾਟ ਹੈ ਉਹ ਵੀ ਤੁਸੀਂ 5 ਮਰਲੇ 10 ਮਰਲੇ ਹਰ ਇੱਕ ਨਾਲ ਨੇ ਮਿਲ ਹੀ ਸਕਦੇ ਇਹਨੇ ਨਾਲ ਨਾਲ ਜਨਾਬ ਅਗਰ ਤੁਸੀਂ ਫਾਰਮ ਹਾਊਸ ਦੀ ਗੱਲ ਕਰੀਆ ਸਾ ਤਾਂ ਫਾਰਮ ਹਾਊਸ 4 ਕਨਾਲ 5 ਕਨਾਲ 6 ਕਨਾਲ ਔਰ 8 ਕਨਾਲ ਨੇ ਤੁਸੀਂ ਫਾਰਮ ਹਾਊਸ ਮਿਲ ਹੀ ਸਕਦੇ ਸਭ ਤੋਂ ਜਿਹੜੀ ਮਜ਼ੇ ਦੀ ਚੀਜ਼ ਇਹ ਮੇ ਲਗਣੀ ਕਿ ਔਰ ਮੈਂ ਬਿਹਤਰ ਸਮਝਾ ਕੇ ਤੁਸਾਂ ਦਸਾਂ ਕਿ ਇਹ ਬਿਲਕੁਲ ਇਕਨੋਮਿਕ ਹਲਾ ਠੀਕ ਹੈ ਔਰ ਇੰਤਾਈ ਸਸਤੇ ਰੇਟ ਤੇ 5 ਕਨਾਲ ਦਾ ਪਲਾਟ ਤੁਹਾਂ 11.90 ਲੱਖ ਵਿੱਚ ਪੂਰਾ ਡਿਲੀਵਰ ਹੋਈ ਸਕਦਾ ਔਰ ਉਨੀ ਬੁਕਿੰਗ ਸਿਰਫ 10% ਉਪਰ 1,90,000 ਰੁਪਿਆ ਸੌਰੀ 1,20,000 ਰੁਪਿਆ ਤੁਸਾਂ ਦਿਓ ਤਾਂ ਤੁਸਾਂ ਦੀ ਬੁਕਿੰਗ ਪ੍ਰੋਸੀਡ ਹੋ ਜਾਸੀ ਔਰ ਤੁਸਾਂ ਦੀ ਜਿਹੜੀ ਫਾਈਲ ਹੀ ਉਹ ਤੁਸਾਂ ਕੀ ਮਿਲੀ ਜਾਸੀ ਉਸ ਤੋਂ ਬਾਅਦ ਕਿਸ਼ਤਾਂ ਦੀ ਅਗਰ ਗੱਲ ਕੀਤੀ ਜਾਏ ਅਗਰ ਇਹ ਕਮਰਸ਼ੀਅਲ ਪਲਾਟ ਜਿਹੜੇ ਇਹਨਾਂ ਨੇ ਰੈ residenital ਪਲਾਟ ਜਿਹੜੇ ਨਾ 11,20,000 ਤੋਂ ਸ਼ੁਰੂ ਹੋਣੇ ਤੇ 31 ਲੱਖ ਜੀਆਂ ਜਾਣੇ ਤੇ ਅਗਰ ਇਹਨਾਂ ਨੇ ਜਨਾਬ ਕਿਸ਼ਤਾਂ ਦੀ ਗੱਲ ਕੀਤੀ ਜਾਏ ਤਾਂ ਤੁਸਾਂ 1,20,000 ਰੁਪਿਆ ਹੁਣ ਦਿਓ ਕਿ ਤੇ ਬਾਕੀ ਜਿਹੜੀ ਰਹਿਣੀ ਹੈ ਕਿਸ਼ਤਾਂ ਜੀ ਤੁਸਾਂ ਪੰਜ ਮਰਲੇ ਨੇ ਪਲਾਟ ਨਹੀਂ ਮਹੀਨੇ ਨਹੀਂ ਜਿਹੜੀ ਕਿਸ਼ਤੀ 15000 ਰੁਪਿਆ ਜਿਹੜੀ ਕਿ ਕੁਝ ਵੀ ਨਹੀਂ ਇੱਕ ਇਸਮ ਨੇ ਬਹੁਤ ਥੋੜੇ ਪੈਸੇ ਠੀਕ ਹੈ ਤਾਂ 15000 ਤੋਂ ਸ਼ੁਰੂ ਆਣੇ ਤਾਂ 45000 ਜੀਆਂ ਜਾਣੇ ਮਤਲਬ ਜਿਸ ਤਰ੍ਹਾਂ ਅਗਰ ਪੰਜ ਮਰਲੇ ਨੇ 15000 ਆ ਤਿਸ ਤਰ੍ਹਾਂ 10 ਮਰਲੇ ਨਾ ਜਾਂ 7 ਮਰਲੇ ਨੇ ਹੋਰ ਕਿਸ਼ਤ ਮਹੀਨੇ ਨਹੀਂ ਥੋੜੀ ਤੇਜ਼ ਹੋ ਸੀ ਇਸ ਨੇ ਨਾਲ ਨਾਲ ਅਸਾਂ ਅਗਰ ਬਾਕੀ ਚੀਜ਼ਾਂ ਨੇ ਬਾਰੇ ਜੇ ਤੁਸਾਂ ਨੂੰ ਡਿਸਕਸ ਕਰਾਂ ਇਸ ਨੇ ਜਿਹੜੀ ਐਕਸੈਸ ਜਿਹੜੀ ਹੈ ਉਹ ਮੋਟਰਵੇ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਮੋਟਰਵੇ ਟੂ ਉਪਰੋਂ ਔਰ ਬਿਹਤਰੀਨ ਖੁੱਲੀ ਔਰ ਕੁਸ਼ਾਦਾ ਰੋਡ ਹੀ ਗੇਟਿਡ ਕਮਿਊਨਿਟੀ ਔਰ ਸਾਰੇ ਮਾਮਲੇ ਜਿਹੜੇ ਨੇ ਇਸ ਨੇ ਇੰਤਾਈ ਲਗਜ਼ਰੀ ਕਲਾਸ ਹਸਪੀਟਲ ਜਿਹੜਾ ਅਮਰੀਕਨ ਬੇਸ ਪਰ ਹਸਪੀਟਲ ਅਮਰੀਕਨ ਤਰਜ਼ ਨੇ ਬਣਾਣੇ ਬਣਾਣੇ ਬਣਾਉਣੇ ਦੀ ਕੋਸ਼ਿਸ਼ ਕਰਨੇ ਪਏ ਔਰ ਬਣਾ ਬਣਾਸਣ ਇਨਸ਼ਾਅੱਲਾ ਇਸ ਇਸ ਨੇ ਨਾਲ ਨਾਲ ਅਗਰ ਮੈਂ ਤੁਸਾਂ ਕੀ ਆਪਣਾ مشورہ ਦਿਆਂ ਤਾਂ ਮਤਲਬ ਸੱਤਾ ਪਠਵਾਰ ਨਮਾਰੋਂ ਇੱਕ ਬਿਹਤਰੀਨ ਇਨਵੈਸਟਮੈਂਟ ਓਪਰਚੁਨਿਟੀ ਹੈ ਜਿਹੜੇ ਆਪਣਾ ਘਰ ਬਣਾਉਣਾ ਚਾਹਣੇ ਜਿਹੜੇ ਆਪਣਾ ਜਨਾਬ ਇਨਵੈਸਟਮੈਂਟ ਕਰਨਾ ਚਾਹਣੇ ਉਹਨਾਂ ਮਰੋਂ ਬਿਹਤਰੀਨ ਓਪਰਚੁਨਿਟੀ ਹੈ ਯਕੀਨ ਕਰੋ ਕਿ ਸੈਕਟਰ A ਔਰ ਸੈਕਟਰ B ਨਹੀਂ ਅਸਾਂ ਕੋਲ ਇਤਨੀ ਡਿਮਾਂਡ ਆਈ ਕਿ ਹੱਥੋਂ ਹੱਥ ਜਨਾਬ ਪੂਰੇ ਸੈਕਟਰ ਮਹੀਨੇ ਦੇ ਅੰਦਰ ਅੰਦਰ ਵਿਕੀ ਗਏ ਹੁਣ ਜਨਾਬ ਬੁਕਿੰਗ ਚੱਲਨੀ ਵੀ ਸੈਕਟਰ C D ਔਰ E ਨਹੀਂ ਠੀਕ ਹੈ ਅਗਰ ਤੁਸੀਂ ਕੀ ਇਸ ਦੇ ਮੁਤਲਕ ਔਰ ਕਿਸੇ ਕਿਸਮ ਦੀ ਇਨਫਾਰਮੇਸ਼ਨ ਰਿਕੁਆਇਰ ਦੀ ਤੁਸੀਂ ਜਿਹੜੀ ਸਾਡੀ ਵੈਬਸਾਈਟ www.amanat.com ਉਪਰ ਵਿਜ਼ ਚੈੱਕ ਕਰ ਸਕਣਿਓ ਜਾਂ ਸਾਰੇ ਜਿਹੜਾ ਥਲਾ ਨੰਬਰ ਦਿੱਤੇਗੇ ਉਹਨਾਂ ਨੰਬਰ ਉਪਰ ਕਾਲ ਕਰੋ ਸਾਰਾ ਨਮਾਇੰਦਾ 24/7 ਤੁਸੀਂ ਨਹੀਂ ਜਿਹੜੇ ਕਾਲ ਦੀ ਉਹਨਾਂ ਕੀ ਸੁਣਨੇ ਮਾਰੇ ਤਿਆਰ ਆ ਉਸਨੇ ਨਾਲ ਸਾਰਾ ਫੇਸਬੁਕ ਉਪਰ ਵੀ ਪ੍ਰੈਜ਼ੈਂਸੀ ਸਾਰਾ ਜਨਾਬ ਇੰਸਟਾਗ੍ਰਾਮ ਜਨਾਬ ਲਿੰਕਡਇਨ ਉਪਰ ਔਰ ਇਸਨੇ ਸਾਰਾ ਟਵਿੱਟਰ ਉਪਰ ਕਿਸੇ ਵੀ ਚੈਨਲ ਨਾਲ ਤੁਸੀਂ ਆਸਾਨਾ ਰਾਬਤਾ ਕਰ ਸਕਣਿਓ ਅਸਾਂ ਤੁਸਾਨੀ ਕਿਉਰੀਆਂ ਕੀ ਐਂਟਰਟੇਨ ਕਰਸਾਂ और असा तुसा जितने भी मिसाइल है इन्वेस्टमेंट सेफ हैंड रखी है सेफ एंड पर रखी है अच्छी जगह पर इन्वेस्टमेंट करवासा क्योंकि एक ही मानना कि मशुरा जमानत है मजीद अपडेट्स के लिए सैनल है सबसक्राइब करो ठीक है और सैनल की लाइक करो अगली वीडियो शामिल होगमेंट नाल एक नई सोसाइटी के बारे एक नए प्रोजेक्ट के बारे तब तक अपने दोस्त की इजाज़त दो अजानाट कॉम पाकिस्तान ਮਸ਼ਵਰਾ ਅਮਾਨਤ ਹੈ